ਇੱਕ ਸਭ ਤੋਂ ਦੇਸ਼ ਦਾ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਅੱਤਵਾਦੀ ਉਹਨੂੰ ਮੋਦੀ ਸਾਹਿਬ ਮਾਫ਼ ਕਰ ਦਿੰਦੇ ਆ। ਇਹ ਮੋਦੀ ਸਾਹਿਬ ਨੂੰ ਜਵਾਬ ਦੇਣਾ ਪਊ। ਅੱਜ ਜਿੰਨੇ ਵੀ ਅੱਤਵਾਦੀ ਤਾਕਤਾਂ, ਜਿੰਨੇ ਵੀ ਵੱਖਵਾਦੀ ਤਾਕਤਾਂ, ਚਾਹੇ ਉਹ 2020 ਵਾਲੇ ਆ, ਚਾਹੇ ਉਹ ਖਾਲਿਸਤਾਨ ਵਾਲੇ ਆ, ਅੱਜ ਉਹ ਦੁਬਾਰਾ ਜ਼ਿੰਦਾ ਹੋ ਗਏ। ਅੱਜ ਉਹਨਾਂ 'ਚ ਜਾਨ ਪੈ ਗਈ ਅਤੇ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਕਿਸ ਤਰੀਕੇ ਨਾਲ ਉਹ ਦੁਬਾਰਾ ਪ੍ਰਮੁੱਖਾ ਹੈ ਜਿਹੜਾ ਉਹ ਪੰਜਾਬ 'ਚ ਬਣੂਗਾ। ਕਾਂਗਰਸ ਦਾ ਸਟੈਂਡ ਤਾਂ ਬੜਾ ਕਲੀਅਰ ਹੈ। ਅਸੀਂ ਦੇਖੋ, ਇਹ ਹੋਇਆ ਇਸ ਤਰੀਕੇ ਨਾਲ, ਸਾਨੂੰ ਪੁੱਛਿਆ ਗਿਆ ਸੀ ਕਿ ਤੁਸੀਂ ਭੇਜੋ ਜਿਹੜੇ ਬੰਦੇ TADA ਕੇਸ ਦੇ ਵਿੱਚ ਪਹਿਲਾਂ ਇਨਵੋਲਵ ਨੇ। 17 ਇਹੋ ਜਿਹੇ ਬੰਦੇ ਸੀ, ਉਹ 17 ਨਾਮ ਅਸੀਂ ਭੇਜ ਦਿੱਤੇ। ਨਾ ਕਿਹਨੂੰ ਕੈਸੇ ਚੁਣਿਆ, ਕੀ ਕਰਦਾ, ਇਹ ਦੈਟ ਓਨਲੀ ਦੀ ਮਿਨਿਸਟਰ ਆਫ ਹੋਮ ਕੈਨ ਟੈਲ ਯੂ, ਆਈ ਕਾਂਟ ਟੈਲ ਯੂ। ਲੇਕਿਨ ਸਾਡਾ ਸ਼ੁਰੂ ਤੋਂ ਸਟੈਂਡ ਰਿਹਾ ਕਿ ਜਿਹੜੇ ਸਾਡੇ ਚੀਫ ਮਿਨਿਸਟਰ, ਉਹਨਾਂ ਦੇ ਹਥਿਆਰੇ ਸੀ, ਦੇ ਮਸਟ ਫੁਲਫਿਲ ਦੈਰ ਜਿਹੜੀ ਉਹਨਾਂ ਦੀ ਸੈਂਟੈਂਸ ਹੈ। ਇਹ ਜ਼ਰੂਰ ਸੀ ਕਿ 2012 'ਚ ਮੈਂ ਕਿਹਾ ਸੀਗਾ ਕਿ ਆਈ ਐਮ ਅਗੇਂਸਟ ਦ ਡੈਥ ਪੈਨਲਟੀ ਐਂਡ ਪੈਨਲਟੀ ਸ਼ੁੱਡ ਬੀ ਆਲ ਡੈਥ ਪੈਨਲਟੀ ਬੇਸ ਕੇਸਿਸ ਸ਼ੁੱਡ ਬੀ ਮੂਵ ਟੂ ਲਾਈਫ ਇੰਪ੍ਰਿਜ਼ਨਮੈਂਟ। ਇਹ ਮੇਰਾ ਸਟੈਂਡ ਰਿਹਾ, ਬਿਕੋਜ਼ ਆਈ ਈਵਨ ਟੂਡੇ ਡੋ ਨੋਟ ਅਗਰੀ ਇਨ ਦ ਡੈਥ ਪੈਨਲਟੀ। ਲਿਸਟ ਤੋਂ 17ਵੇਂ ਥਾ ਹੀ, ਉਹ TADA ਨਹੀਂ ਥਾ। ਜਿਹੜੇ ਰਾਜੋਆਣਾ ਨੂੰ ਸਜ਼ਾ ਦਿੱਤੀ ਆ ਫਾਂਸੀ ਦੀ, ਉਹ ਸੁਪਰੀਮ ਕੋਰਟ ਨੇ ਦਿੱਤੀ ਆ, ਅਤੇ ਇਹ ਕੌਣ ਹੁੰਦੇ ਆ ਮਾਫ਼ ਕਰਨ ਵਾਲੇ ਜੀ? ਮੁੱਖ ਮੰਤਰੀ ਜੀ ਨੇ ਸਾਫ਼ ਕਿਹਾ ਹੁਣ ਤੁਹਾਡੇ ਮੂਹਰੇ ਵੀ ਮੈਂ 12 'ਚ ਬਿਆਨ ਸੀ ਮੇਰਾ, ਮੈਂ ਡੈਥ ਸੈਂਟੈਂਸ ਦੇ ਉਲਟ ਸੀ, ਪਰ ਜਿੱਥੇ ਤੱਕ ਰਾਜੋਆਣੇ ਦੇ ਕੇਸ ਦੀ ਗੱਲ ਆ, ਮੈਂ ਉਸ ਦੇ ਹੱਕ 'ਚ ਨਹੀਂ ਗਾ। ਹੁਣ ਤੁਹਾਡੇ ਮੂਹਰੇ ਇਹ ਗੱਲ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਨੇ। ਜਿਹੜਾ ਇੱਕ ਪਾਸੇ ਜੰਮੂ ਕਸ਼ਮੀਰ, ਸਾਰਾ ਜੰਮੂ ਕਸ਼ਮੀਰ ਅੱਜ ਬੰਦ ਕੀਤਾ ਪਿਆ ਏ ਵੀ ਉੱਥੇ ਅੱਤਵਾਦੀ ਨੇ, ਪਰ ਜਿਹੜਾ ਇਹ ਪੰਜਾਬ 'ਚ ਜਿਹਨੂੰ ਕਾਨੂੰਨ ਨੇ ਅੱਤਵਾਦੀ ਕਿਹਾ ਏ, ਜਿਹਨੂੰ ਫਾਂਸੀ ਦੀ ਸਜ਼ਾ ਦਿੱਤੀ ਆ, ਉਹ BJP ਸਰਕਾਰ ਅਤੇ ਅਕਾਲੀ ਦਲ ਸਰਕਾਰ ਨੇ ਉਹਨੂੰ ਮਾਫ਼ ਕਰਤਾ, ਉਹਨੂੰ ਛੱਡਤਾ। ਆਉਣ ਵਾਲੇ ਦਿਨਾਂ 'ਚ ਮੈਂ ਮੋਦੀ ਸਾਹਿਬ ਨੂੰ ਲੈਟਰ ਲਿਖ ਕੇ ਮਿਲ ਕੇ ਮੋਦੀ ਸਾਹਿਬ ਤੋਂ ਜਵਾਬ ਮੰਗੂੰਗਾ ਵੀ ਇਹ ਦੂਰੀ ਨੀਤੀ, ਇਹਦੇ ਪਿੱਛੇ ਕੀ ਰਾਜਨੀਤੀ ਆ, ਕੀ ਕਾਰਨ ਆ, ਕਿਉਂ ਤੁਸੀਂ ਗੋਡੇ ਆ ਜਿਹੜੇ BJP ਨੇ ਟੇਕੇ। ਅਗਰ ਕੋਈ ਸਮਝਦਾ ਕਿ ਇਹਨਾਂ ਬੰਦੇ ਜਿਹੜੇ ਛੱਡੇ ਗਏ ਨੇ ਇਹਦੇ ਨਾਲ ਕੋਈ ਪੰਜਾਬ ਦੀ ਆਬ ਹਵਾ ਖਰਾਬ ਆਊ, ਮੈਂ ਉਰੇ ਬੈਠਾ, ਮੈਂ ਪੁਰਾਣਾ ਫੌਜੀ ਹਾਂ, ਸਾਰਿਆਂ ਨੂੰ ਸਿੱਧਾ ਕਰ ਦੂੰਗਾ ਮੈਂ। ਜਿਹੜਾ ਬਿੱਟੂ ਜੀ ਦਾ ਵਿਰੋਧ ਆ ਉਹ ਬਿਲਕੁਲ ਹੀ ਗਲਤ ਆ, ਕਿਉਂਕਿ ਵੀਰ ਜੀ ਹੁਣੇ ਤਾਂ 24 ਸਾਲਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਪਰ ਜਿਹੜੇ ਸਾਡੇ ਸਿੱਖ ਕੌਮ ਦੇ ਕਾਤਲ ਨੇ ਦਿੱਲੀ ਦੀਆਂ ਦੇ ਵਿੱਚ, ਜੋ ਸਿੱਖਾਂ ਦਾ ਇੰਨਾ ਕਤਲੇਆਮ ਹੋਇਆ, ਜਿਹੜੇ ਉਹ ਕਾਤਲ ਨੇ ਉਹ 24 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨਹੀਂ ਆਏ, ਉਹ 24 ਸਾਲਾਂ ਤੋਂ ਜੇਲ੍ਹਾਂ ਦੇ ਬਾਹਰ ਨੇ। ਅਸੀਂ ਤਾਂ ਰਿਹਾਈ ਦੀ ਪਰਿਵਾਰ ਮੰਗ ਕਰਦੇ ਹਾਂ, ਔਰ ਇਹ ਚਾਹੁੰਦੇ ਹਾਂ ਕਿ ਜਿਸ ਦਿਨ ਵੀਰ ਜੀ ਪਰਿਵਾਰ 'ਚ ਆਉਣਗੇ ਉਸ ਦਿਨ ਸਾਡੇ ਲਈ ਬਹੁਤ ਵੱਡਾ ਦਿਨ ਹੋਏਗਾ। ਇਹ ਚੀਜ਼ ਮਤਲਬ ਸਾਡੇ ਲਈ ਬਹੁਤ ਵੱਡੀ ਰਾਹਤ ਦੇਣ ਵਾਲੀ ਹੈ। ਬਿਲਕੁਲ 24 ਸਾਲ ਦੇ ਬਾਅਦ ਇਹ ਚੀਜ਼ ਸਾਡੇ ਨਾਲ ਪਰਿਵਾਰ ਨਾਲ ਹੋਈ ਹੈ, ਅਤੇ ਇਹਦੇ ਲਈ ਮਤਲਬ ਕੇਂਦਰ ਸਰਕਾਰ ਦੇ ਜਿਹੜੇ ਇਹ ਫੈਸਲਾ ਕਰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਦਾ ਅਤੇ ਕੇਂਦਰ ਸਰਕਾਰ ਦਾ ਜੀ। ਇਹ ਬਹੁਤ ਹੀ ਇੱਕ ਸ਼ਲਾਘਾਯੋਗ ਫੈਸਲਾ, ਔਰ ਇਸ ਫੈਸਲੇ ਦੇ ਨਾਲ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਸਾਂਝੀਵਾਲਤਾ ਦਾ ਮਾਹੌਲ ਹੈ ਇਹ ਹੋਰ ਵੀ ਬੈਟਰ ਦਿਸ਼ਾ ਵੱਲ ਜਿਹੜਾ ਉਹ ਜਾਏਗਾ। ਮੈਨੂੰ ਯਾਦ ਆ ਜਦੋਂ 2012 ਦੇ ਵਿੱਚ 31 ਮਾਰਚ ਨੂੰ ਫਾਂਸੀ ਦੇਣ ਦਾ ਹੁਕਮ ਆਇਆ ਸੀ ਅਤੇ ਕਿਸ ਤਰੀਕੇ ਦਾ ਮਾਹੌਲ ਸੀ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਉਸ ਵੇਲੇ, ਅਤੇ ਕਿੰਨਾ ਤਣਾਅ ਉਸ ਵੇਲੇ ਜਿਹੜਾ ਉਹ ਪੈਦਾ ਹੋ ਗਿਆ ਸੀ। ਇਹ ਮੈਂ ਧੰਨਵਾਦ ਕਰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਕਿ ਜਿਨ੍ਹਾਂ ਨੇ ਬੜੀ ਮੈਚਿਓਰਟੀ ਦੇ ਨਾਲ ਉਸ ਵੇਲੇ ਕੇਂਦਰ ਸਰਕਾਰ ਨੂੰ ਵੀ
ਈਵਨ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਨੂੰ ਵੀ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਕਿ ਪੰਜਾਬ ਦੇ ਵਿੱਚ ਇਹ ਚੀਜ਼ ਹੁਣ ਖਤਮ ਹੋਣੀ ਚਾਹੀਦੀ ਹੈ। ਲੋਕ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ ਅਤੇ ਇੱਕ ਵਿਅਕਤੀ ਨੇ ਇੰਨਾ ਲੰਬਾ ਸਮਾਂ ਕੈਦ ਕੱਟ ਲਈ ਆ, ਉਹਨੂੰ ਫਾਂਸੀ ਦੇਣਾ ਹੁਣ ਕਿਸੇ ਵੀ ਤਰੀਕੇ ਜਾਇਜ਼ ਨਹੀਂ।